ਕੀ ਤੁਸੀਂ ਵੀ ਚਿਕਨ ਖਾਣ ਦੇ ਸ਼ੌਕੀਨ ਹੋ? ਚਿਕਨ ਨੂੰ ਅੱਖਾਂ ਮੂਰੇ ਦੇਖ ਕੇ ਕੀ ਤੁਹਾਡੇ ਵੀ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ? ਜੇਕਰ ਅਜਿਹਾ ਹੀ ਹੈ ਤਾਂ ਇਹ ਵੀਡੀਓ ਨੂੰ ਪੂਰੀ ਜ਼ਰੂਰ ਦੇਖ ਲਿਓ, ਕਿਉਂਕਿ ਕੀ ਪਤਾ ਬਾਅਦ ਦੇ ਵਿੱਚ ਤੁਹਾਨੂੰ ਪਛਤਾਉਣਾ ਪੈ ਜਾਵੇ, ਕਿਉਂਕਿ ਹੁਣ ਬਹੁਤ ਜ਼ਿਆਦਾ ਕੇਸ ਅਜਿਹੇ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਆਦਮੀਆਂ ਦੀ ਛਾਤੀ ਔਰਤਾਂ ਵਰਗੀ ਹੋ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਬਹੁਤ ਜ਼ਿਆਦਾ ਚਿਕਨ ਖਾਂਦੇ ਸਨ। ਚਿਕਨ ਖਾਣ ਦੇ ਨਾਲ ਹੁਣ ਮਰਦਾਂ ਦੇ ਵਿੱਚ ਔਰਤਾਂ ਦੇ ਲੱਛਣ ਆ ਰਹੇ ਨੇ ਤੇ ਬੱਚੇ ਆਪਣੀ ਉਮਰ ਤੋਂ ਪਹਿਲਾਂ ਜਵਾਨ ਹੋ ਰਹੇ ਨੇ। ਜੇਕਰ ਤੁਹਾਨੂੰ ਫਿਰ ਵੀ ਨਹੀਂ ਯਕੀਨ ਆ ਰਿਹਾ ਤਾਂ ਇਹ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤੇ ਉਸ ਤੋਂ ਬਾਅਦ ਤੁਸੀਂ ਆਪ ਡਿਸਾਈਡ ਕਰਨਾ ਕਿ ਤੁਸੀਂ ਚਿਕਨ ਖਾਣਾ ਜਾਰੀ ਰੱਖਣਾ ਹੈ ਜਾਂ ਬੰਦ ਕਰਨਾ ਹੈ। ਜਦੋਂ ਗੱਲ ਚਿਕਨ ਦੀ ਆਉਂਦੀ ਹੈ ਤਾਂ ਲੋਕ ਇਹੀ ਦਲੀਲ ਦਿੰਦੇ ਨੇ ਕਿ ਚਿਕਨ ਦੇ ਵਿੱਚ ਤਾਂ ਕਾਫੀ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਤੇ ਇਹ ਪ੍ਰੋਟੀਨ ਇਨਸਾਨੀ ਸਰੀਰ ਦੇ ਲਈ ਕਾਫੀ ਜ਼ਿਆਦਾ ਲਾਹੇਵੰਦ ਹੁੰਦਾ ਹੈ। ਤੁਸੀਂ ਹੁਣ ਇੱਕ ਗੱਲ ਜ਼ਰੂਰ ਨੋਟ ਕਰਨਾ ਕਿ ਜਦੋਂ ਤੁਸੀਂ ਚਿਕਨ ਖਾਂਦੇ ਹੋ ਕਿ ਚਿਕਨ ਖਾਣ ਤੋਂ ਤੁਰੰਤ ਬਾਅਦ ਤੁਹਾਨੂੰ ਨੀਂਦ ਆਉਣ ਲੱਗ ਜਾਂਦੀ ਹੈ ਜਾਂ ਫਿਰ ਤੁਹਾਨੂੰ ਪੈਦਲ ਚੱਲਦਿਆਂ ਇੰਨੀ ਜ਼ਿਆਦਾ ਥਕਾਵਟ ਹੁੰਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਭੱਜ ਕੇ ਆਏ ਹਾਂ ਤੇ ਤੁਹਾਡੀ ਵਿਆਹਤਾ ਜ਼ਿੰਦਗੀ ਦੇ ਵਿੱਚ ਵੀ ਪ੍ਰੋਬਲਮ ਆ ਰਹੀਆਂ ਨੇ ਤੇ ਚਿਕਨ ਖਾਣ ਤੋਂ ਬਾਅਦ ਤੁਹਾਡੇ ਸਰੀਰ ਦੇ ਉੱਪਰ ਖਾਰਿਸ਼ ਵੀ ਹੋਣ ਲੱਗ ਜਾਂਦੀ ਹੈ। ਜੇਕਰ ਇਹ ਸਾਰੇ ਲੱਛਣ ਤੁਹਾਡੇ ਵਿੱਚ ਆ ਰਹੇ ਨੇ ਤਾਂ ਤੁਸੀਂ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਹੋ। ਜੇਕਰ ਇਹਨਾਂ ਦੇ ਵਿੱਚੋਂ ਕੋਈ ਲੱਛਣ ਤੁਹਾਡੇ 'ਚ ਨਹੀਂ ਵੀ ਆ ਰਿਹਾ ਤਾਂ ਅੱਗੇ ਜਾ ਕੇ ਲੱਛਣ ਤੁਹਾਡੇ ਵਿੱਚ ਆਉਣੇ ਜ਼ਰੂਰ ਸਟਾਰਟ ਹੋ ਜਾਣਗੇ, ਕਿਉਂਕਿ ਜਿਹੜਾ ਤੁਸੀਂ ਚਿਕਨ ਖਾਂਦੇ ਹੋ ਜਿੰਨਾ ਇਹ ਖਾਣੇ ਦੇ ਵਿੱਚ ਟੇਸਟੀ ਹੁੰਦਾ ਹੈ ਉਨਾ ਹੀ ਖਤਰਨਾਕ ਤੁਹਾਡੀ ਸਿਹਤ ਲਈ ਵੀ ਹੈ, ਕਿਉਂਕਿ ਤੁਹਾਡੇ ਖਾਣ ਵਾਲੇ ਚਿਕਨ ਨੂੰ ਇੰਜੈਕਸ਼ਨ ਜਾਨੀ ਕਿ ਟੀਕਿਆਂ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਜਿਹੜਾ ਸਾਰਾ ਚਿਕਨ ਮਾਰਕੀਟ ਦੇ ਵਿੱਚ ਮਿਲਦਾ ਹੈ ਇਹ ਸਾਰਾ ਪੋਲਟਰੀ ਫਾਰਮ ਦਾ ਚਿਕਨ ਹੁੰਦਾ ਹੈ ਤੇ ਪੋਲਟਰੀ ਫਾਰਮ ਦੇ ਵਿੱਚ ਜਿਹੜੀਆਂ ਮੁਰਗੀਆਂ ਨੂੰ ਪਾਲਿਆ ਜਾਂਦਾ ਹੈ ਇਹਨਾਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਗੜਬੜ ਘਟਾਲਾ ਹੁੰਦਾ ਹੈ। ਉੱਥੇ ਇੱਕ ਛੋਟੀ ਜਿਹੀ ਜਗ੍ਹਾ ਦੇ ਵਿੱਚ ਕਾਫੀ ਸਾਰੀਆਂ ਮੁਰਗੀਆਂ ਨੂੰ ਇਕੱਠਿਆਂ ਕਰਕੇ ਰੱਖਿਆ ਹੁੰਦਾ ਹੈ, ਉੱਥੇ ਹੀ ਮੁਰਗੀਆਂ ਖਾਂਦੀਆਂ ਨੇ ਤੇ ਉੱਥੇ ਹੀ ਮਲ ਮੂਤਰ ਕਰਦੀਆਂ ਨੇ, ਜਾਨੀ ਕਿ ਮੁਰਗੀਆਂ ਨੂੰ ਬਹੁਤ ਜ਼ਿਆਦਾ ਗੰਦੇ ਮਾਹੌਲ ਦੇ ਵਿੱਚ ਪੋਲਟਰੀ ਫਾਰਮ 'ਚ ਰੱਖਿਆ ਜਾਂਦਾ ਹੈ। ਗੱਲ ਇੱਥੇ ਹੀ ਨਹੀਂ ਖਤਮ ਹੁੰਦੀ, ਉਹਨਾਂ ਨੂੰ ਜਲਦੀ ਤੋਂ ਜਲਦੀ ਵੱਡਾ ਕਰਨ ਦੇ ਲਈ ਉਹਨਾਂ ਨੂੰ ਹਾਰਮੋਨ ਇੰਜੈਕਸ਼ਨ ਦਿੱਤੇ ਜਾਂਦੇ ਨੇ ਤਾਂ ਕਿ 4 ਮਹੀਨਿਆਂ ਦੇ ਵਿੱਚ ਤਿਆਰ ਹੋਣ ਵਾਲੀਆਂ ਮੁਰਗੀਆਂ ਸਿਰਫ 2 ਮਹੀਨਿਆਂ ਦੇ ਵਿੱਚ ਹੀ ਤਿਆਰ ਹੋ ਜਾਣ। ਤੁਹਾਡੇ ਵੱਲੋਂ ਖਾਧੀਆਂ ਜਾਂਦੀਆਂ 99% ਮੁਰਗੀਆਂ ਇਸ ਤਰ੍ਹਾਂ ਇੰਜੈਕਸ਼ਨ ਦੇ ਨਾਲ ਹੀ ਵੱਡੀਆਂ ਕੀਤੀਆਂ ਜਾਂਦੀਆਂ ਨੇ। ਇਸ ਤੋਂ ਬਿਲਕੁਲ ਉਲਟ ਜਿਹੜੀਆਂ ਦੇਸੀ ਮੁਰਗੀਆਂ ਹੁੰਦੀਆਂ ਨੇ ਉਹਨਾਂ ਨੂੰ ਕੁਦਰਤੀ ਹਾਲਾਤਾਂ ਦੇ ਵਿੱਚ ਰੱਖਿਆ ਜਾਂਦਾ ਹੈ, ਇਸ ਕਰਕੇ ਉਹ ਕਾਫੀ ਜ਼ਿਆਦਾ ਮਹਿੰਗੀਆਂ ਵੀ ਹੁੰਦੀਆਂ ਨੇ ਪੋਲਟਰੀ ਫਾਰਮ ਵਾਲੀਆਂ ਮੁਰਗੀਆਂ ਤੋਂ। ਪਰ ਇੱਥੇ ਦਿੱਕਤ ਵਾਲੀ ਗੱਲ ਇਹ ਹੈ ਕਿ ਅੱਜ ਕੱਲ੍ਹ ਦੇਸੀ ਮੁਰਗੀਆਂ ਮਿਲਦੀਆਂ ਹੀ ਨਹੀਂ, ਇਨਸਾਨਾਂ ਦੇ ਵਿੱਚ ਚਿਕਨ ਖਾਣ ਦੀ ਲੱਤ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਹੁਣ ਇਸ ਦੀ ਡਿਮਾਂਡ ਨੂੰ ਪੂਰਾ ਕਰਨਾ ਵੀ ਔਖਾ ਹੋ ਗਿਆ ਹੈ ਤੇ ਇਹ ਡਿਮਾਂਡ ਨੂੰ ਪੂਰੀ ਕਰਨ ਦੇ ਲਈ ਹੁਣ ਹਰ ਕੋਈ ਪੋਲਟਰੀ ਫਾਰਮ ਦਾ ਬਿਜ਼ਨਸ ਕਰਨਾ ਚਾਹੁੰਦਾ ਹੈ, ਜਿਸ ਕਰਕੇ ਧਾਂਦਲੇਬਾਜ਼ੀ ਵੀ ਵੱਧ ਰਹੀ ਹੈ। ਇਹ ਜਿਹੜੀਆਂ ਪੋਲਟਰੀ ਫਾਰਮ ਵਾਲੀਆਂ ਮੁਰਗੀਆਂ ਹੁੰਦੀਆਂ ਨੇ ਇਹਨਾਂ ਨੂੰ ਬਿਮਾਰੀ ਤੋਂ ਬਚਾਉਣ ਦੇ ਲਈ ਐਂਟੀਬਾਇਓਟਿਕ ਦਿੱਤੇ ਜਾਂਦੇ ਨੇ ਜਿਹੜੇ ਕਿ ਇਨਸਾਨੀ ਸਰੀਰ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਨੇ ਤੇ ਚਿਕਨ ਦੇ ਵਿੱਚ ਐਂਟੀਬਾਇਓਟਿਕ ਦਾ ਪ੍ਰਯੋਗ ਕਰਨ ਵਾਲੇ 5 ਦੇਸ਼ਾਂ ਦੀ ਲਿਸਟ ਦੇ ਵਿੱਚ ਇੰਡੀਆ ਸਭ ਤੋਂ ਉੱਪਰ ਆਉਂਦਾ ਹੈ। ਆਕਸੀਟੈਟਰਾਸਾਈਕਲਿਨ, ਕਲੋਰੋਟੈਟਰਾਸਾਈਕਲਿਨ, ਡਾਈਸੀਕਲਿਨ ਅਤੇ ਨਿਊਮਾਈਸਿਨ ਵਰਗੇ ਐਂਟੀਬਾਇਓਟਿਕ ਇਹਨਾਂ ਮੁਰਗੀਆਂ ਨੂੰ ਦਿੱਤੇ ਜਾਂਦੇ ਨੇ ਇੰਜੈਕਸ਼ਨ ਦੇ ਰਾਹੀਂ ਤੇ ਇਹ ਸਾਰੇ ਐਂਟੀਬਾਇਓਟਿਕ WHO ਜਾਨੀ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਇਨਸਾਨਾਂ ਦੇ ਲਈ ਸਭ ਤੋਂ ਘਾਤਕ ਦੱਸੇ ਗਏ ਨੇ। ਇਹਨਾਂ ਐਂਟੀਬਾਇਓਟਿਕ ਦੇ ਨਾਲ ਤਿਆਰ ਮੁਰਗੀਆਂ ਖਾਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਕੁਝ ਅਲੱਗ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੋ ਜਾਂਦੇ ਨੇ, ਜਿਸ ਕਰਕੇ ਇਨਸਾਨੀ ਐਂਟੀਬਾਇਓਟਿਕ ਦਵਾਈਆਂ ਚਿਕਨ ਖਾਣ ਵਾਲੇ ਇਹ ਮਰੀਜ਼ ਦੇ ਉੱਪਰ ਅਸਰ ਹੀ ਨਹੀਂ ਕਰਦੀਆਂ। ਸੌਖੇ ਸ਼ਬਦਾਂ ਦੇ ਨਾਲ ਕਹੀਏ ਤਾਂ ਇਸ ਤਰ੍ਹਾਂ ਦੇ ਨਾਲ ਤਿਆਰ ਕੀਤਾ ਚਿਕਨ ਖਾਣ ਦੇ ਨਾਲ ਇਨਸਾਨ ਦਾ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਹੁੰਦਾ ਹੈ। ਤੁਹਾਨੂੰ ਹੈਰਾਨੀ ਹੋਵੇਗੀ ਕਿ ਹਰ ਸਾਲ 57,000 ਬੱਚੇ ਇਹ ਐਂਟੀਬਾਇਓਟਿਕ ਦੇ ਕਾਰਨ ਹੀ ਮਰ ਜਾਂਦੇ ਨੇ, ਕਿਉਂਕਿ ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਹੈ ਤੇ ਮਾਂ ਚਿਕਨ ਖਾਂਦੀ ਹੈ ਤਾਂ ਇਹ ਬੈਕਟੀਰੀਆ ਮਾਂ ਦੇ ਜ਼ਰੀਏ ਬੱਚੇ ਦੇ ਅੰਦਰ ਚਲੇ ਜਾਂਦੇ ਨੇ, ਕਿਉਂਕਿ ਜਦੋਂ ਇੰਨੀਆਂ ਸਾਰੀਆਂ ਮੁਰਗੀਆਂ ਪੋਲਟਰੀ ਫਾਰਮ ਦੇ ਵਿੱਚ ਇੰਨੀ ਗੰਦਗੀ ਦੇ ਵਿੱਚ ਇਕੱਠੀਆਂ ਰਹਿੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਬਿਮਾਰੀ ਲੱਗਣ ਦੀ ਸੰਭਾਵਨਾ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਤੇ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਚਿਕਨ ਯਾਨੀ ਕਿ ਮੁਰਗੀਆਂ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਸਾਰੀਆਂ ਨੂੰ ਐਂਟੀਬਾਇਓਟਿਕ ਦਿੱਤੇ ਜਾਂਦੇ ਨੇ ਤੇ ਇਹ ਚਿਕਨ ਯਾਨੀ ਕਿ ਇਹ ਮੁਰਗੀ ਨੂੰ ਜਦੋਂ ਕੋਈ ਖਾਂਦਾ ਹੈ ਤਾਂ ਇਹ ਐਂਟੀਬਾਇਓਟਿਕ ਉਸ ਇਨਸਾਨ ਦੇ ਅੰਦਰ ਚਲੇ ਜਾਂਦੇ ਨੇ ਤੇ ਲਗਾਤਾਰ ਜੇਕਰ ਤੁਸੀਂ ਚਿਕਨ ਖਾਂਦੇ ਰਹਿੰਦੇ ਹੋ ਤਾਂ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਤੁਹਾਡੇ ਸਰੀਰ ਦੇ ਉੱਪਰ ਕੋਈ ਵੀ ਐਂਟੀਬਾਇਓਟਿਕ ਅਸਰ ਕਰਨ ਨੂੰ ਹਟ ਜਾਵੇਗੀ ਤੇ ਦੁਨੀਆ ਭਰ ਦੇ ਵਿਗਿਆਨਕਾਂ ਦਾ ਇਹ ਵੀ ਕਹਿਣਾ ਹੈ ਕਿ ਇੰਨੇ ਜ਼ਿਆਦਾ ਐਂਟੀਬਾਇਓਟਿਕ ਜਦੋਂ ਇਨਸਾਨ ਦੇ ਅੰਦਰ ਚਲੇ ਜਾਂਦੇ ਨੇ ਤੇ ਇਸ ਕਰਕੇ ਇਨਸਾਨ ਜਲਦੀ ਬਿਮਾਰ ਪੈਂਦਾ ਹੈ। ਇਹ ਗੱਲ 2018 ਦੀ ਇੱਕ ਰਿਪੋਰਟ ਦੇ ਵਿੱਚ ਸਾਹਮਣੇ ਆਈ ਸੀ ਕਿ ਇੰਡੀਆ ਦੇ ਪੋਲਟਰੀ ਫਾਰਮ ਦੇ ਵਿੱਚ ਪਾਲੀਆਂ ਜਾਂਦੀਆਂ ਮੁਰਗੀਆਂ ਨੂੰ ਹਰ ਸਾਲ 2700 ਐਂਟੀਬਾਇਓਟਿਕ ਦਿੱਤੇ ਜਾਂਦੇ ਨੇ। ਬਿਊਰੋ ਆਫ ਇਨਵੈਸਟੀਗੇਸ਼ਨ ਜਰਨਲਿਜ਼ਮ ਦੀ ਵੈਬਸਾਈਟ ਦੇ ਉੱਪਰ ਇਹ ਦਾਅਵਾ ਕੀਤਾ ਗਿਆ ਹੈ ਕਿ ਮੁਰਗੀਆਂ ਨੂੰ ਬਿਮਾਰੀ ਤੋਂ ਬਚਾਉਣ ਦੇ ਲਈ ਬਹੁਤ ਜ਼ਿਆਦਾ ਇਹਨਾਂ ਨੂੰ ਐਂਟੀਬਾਇਓਟਿਕ ਦਿੱਤੇ ਜਾਂਦੇ ਨੇ ਤੇ ਇਹਨਾਂ ਦਾ ਵਜ਼ਨ ਵਧਾਉਣ ਦੇ ਲਈ ਵੀ ਮੁਰਗੀਆਂ ਨੂੰ ਐਂਟੀਬਾਇਓਟਿਕ ਦੇ ਇੰਜੈਕਸ਼ਨ ਲਗਾਏ ਜਾਂਦੇ ਨੇ ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਲਗਾਤਾਰ 1940 ਤੋਂ ਇੰਡੀਆ ਦੇ ਵਿੱਚ ਮੁਰਗੀਆਂ ਨੂੰ ਆਰਸੈਨਿਕ ਵੀ ਦਿੱਤਾ ਜਾਂਦਾ ਹੈ ਤਾਂ ਕਿ ਘੱਟ ਖਾਣਾ ਖਾਣ ਦੇ ਬਾਵਜੂਦ ਵੀ ਮੁਰਗੀਆਂ ਦਾ ਸਰੀਰ ਅਤੇ ਭਾਰ ਤੇਜ਼ੀ ਦੇ ਨਾਲ ਵਧੇ। ਇਸ ਦੇ ਨਾਲ ਮੁਰਗੀਆਂ ਪਾਲਣ ਵਾਲੇ ਇਨਸਾਨਾਂ ਨੂੰ ਮੁਰਗੀਆਂ ਦੇ ਖਾਣੇ ਦੇ ਉੱਪਰ ਵੀ ਜ਼ਿਆਦਾ ਪੈਸੇ ਨਹੀਂ ਖਰਚ ਕਰਨੇ ਪੈਂਦੇ ਤੇ ਮੁਰਗੀਆਂ ਦਾ ਭਾਰ ਵੀ ਵੱਧ ਜਾਂਦਾ ਹੈ। ਹਾਲ ਹੀ ਦੇ ਵਿੱਚ ਇਹ ਵੀ ਰਿਪੋਰਟ
ਵਿੱਚ ਆਰਸੈਨਿਕ ਬਹੁਤ ਵੱਡੀ ਮਾਤਰਾ ਦੇ ਵਿੱਚ ਹੁੰਦਾ ਹੈ। ਆਰਸੈਨਿਕ ਇੰਨਾ ਜ਼ਿਆਦਾ ਖਤਰਨਾਕ ਹੈ ਕਿ ਇਸ ਦੇ ਬਾਰੇ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੈ। ਆਰਸੈਨਿਕ ਇਕੱਲਾ ਮੁਰਗੀ ਖਾਣ ਵਾਲਿਆਂ ਲਈ ਖਤਰਨਾਕ ਨਹੀਂ ਹੈ, ਬਲਕਿ ਵੈਜੀਟੇਰੀਅਨ ਯਾਨੀ ਕਿ ਮੇਰੇ ਅਤੇ ਤੁਹਾਡੇ ਵਰਗੇ ਇਨਸਾਨਾਂ ਲਈ ਵੀ ਖਤਰਨਾਕ ਹੈ। ਅਸਲ ਦੇ ਵਿੱਚ ਮੁਰਗੀਆਂ ਦੇ ਮਲ ਯਾਨੀ ਕਿ ਉਹਨਾਂ ਦੀ ਗੰਦਗੀ ਦੀ ਜਿਹੜੀ ਖੁਰਾਕ ਹੁੰਦੀ ਹੈ ਉਹ ਖੇਤਾਂ ਦੇ ਵਿੱਚ ਵਰਤੀ ਜਾਂਦੀ ਹੈ ਫਸਲਾਂ ਦੇ ਲਈ, ਜਿਸ ਦੇ ਕਾਰਨ ਇਹ ਆਰਸੈਨਿਕ ਖੇਤਾਂ ਦੀ ਮਿੱਟੀ ਦੇ ਵਿੱਚ ਵੀ ਰਲ ਜਾਂਦਾ ਹੈ ਤੇ ਉੱਥੋਂ ਫਸਲਾਂ ਰਾਹੀਂ ਸਾਡੇ ਸਰੀਰ ਦੇ ਅੰਦਰ ਚਲਿਆ ਜਾਂਦਾ ਹੈ ਤੇ ਨਾਲੇ ਮਿੱਟੀ ਦੇ ਵਿੱਚ ਰਲ ਕੇ ਪਾਣੀ ਰਾਹੀਂ ਵੀ ਸਾਡੇ ਅੰਦਰ ਚਲਿਆ ਜਾਂਦਾ ਹੈ। ਹੁਣ ਚਿਕਨ ਯਾਨੀ ਕਿ ਮੁਰਗੀਆਂ ਕੇਵਲ ਖਾਣ ਵਾਲਿਆਂ ਨੂੰ ਹੀ ਨਹੀਂ ਬਲਕਿ ਸ਼ਾਕਾਹਾਰੀ ਲੋਕਾਂ ਨੂੰ ਵੀ ਨੁਕਸਾਨ ਪਹੁੰਚਾ ਰਹੀਆਂ ਨੇ। ਇਹ ਸਭ ਲਾਲਚ ਅਤੇ ਪੈਸੇ ਦੀ ਭੁੱਖ ਦੇ ਵਿੱਚ ਅੰਨੇ ਹੋਏ ਲੋਕ ਕਰ ਰਹੇ ਨੇ। ਬਾਕੀ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹੈ, ਹੁਣ ਤੁਹਾਡੀ ਮਰਜ਼ੀ ਹੈ ਕਿ ਅੱਗੇ ਤੁਸੀਂ ਚਿਕਨ ਖਾਣਾ ਜਾਰੀ ਰੱਖਣਾ ਹੈ ਜਾਂ ਬੰਦ ਕਰਨਾ ਹੈ। ਹਾਲਾਂਕਿ ਮੈਂ ਸਾਰੇ ਪੋਲਟਰੀ ਫਾਰਮਾਂ ਨੂੰ ਮਾੜਾ ਨਹੀਂ ਕਹਿ ਰਿਹਾ ਕਿਉਂਕਿ ਬਹੁਤ ਪੋਲਟਰੀ ਫਾਰਮ ਇਦਾਂ ਦੀ ਵੀ ਨਹੀਂ ਜਿਹੜੇ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰਦੇ ਹੋਣਗੇ, ਪਰ ਜ਼ਿਆਦਾਤਰ ਪੋਲਟਰੀ ਫਾਰਮ ਹੁਣ ਇਸ ਤਰ੍ਹਾਂ ਦੇ ਧੰਦਾ ਹੀ ਕਰ ਰਹੇ ਨੇ। ਇਸ ਲਈ ਚਿਕਨ ਦੇ ਬਾਰੇ ਕੁਝ ਰੌਚਕ ਤਾਂ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।